सस् श्रीकाल दोस्तों की हाल चाल है यार मॉडिफाइड क्लब की एक नवी वीडियो आ चुकी है मॉडिफाइड फार्म ट्रैक ਫਾਰਮ ਟਰੈਕ ਤਿਆਰ ਹੈ ਬਹੁਤ ਹੀ ਸੋਹਣਾ 6 ਸਬ ਉਪਰ ਐਲਈਡੀ ਸਕਰੀਨ ਲੱਗੀ ਹੈ ਡਾਊਨ ਸੀਲਿੰਗ ਹੈ ਬਹੁਤ ਕੰਮ ਹੋਇਆ ਹੈ ਟਾਇਰ ਪਏ ਨੇ ਬਹੁਤ ਸੋਹਣੇ ਵਾਲੇ ਸਾਰਾ ਕੰਮ ਲੱਗਾ ਟੋਟਲ ਖਰਚਾ ਆ ਗਿਆ 2.5 ਲੱਖ ਰੁਪਏ ਭਾਈ ਦਾ ਟਰੈਕਟਰ ਹੈ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੇ ਭਾਈ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਂ ਤੇ ਆਪਣਾ ਨਾਮ ਕੀ ਹੈ ਭਾਈ ਦੌਲਤਪੁਰ ਪਿੰਡ ਦੌਲਤਪੁਰ ਜ਼ਿਲ੍ਹਾ ਨਵਾਂ ਸ਼ਹਿਰ ਮੇਰਾ ਨਾਮ ਹਰਮਨਦੀਪ ਸਿੰਘ ਤੇ ਭਾਜੀ ਦੇ ਪਿੰਡ ਪਹੁੰਚੇ ਆ ਸੀਗੇ ਟਰੈਕਟਰ ਸ਼ੂਟ ਕਰਨ ਕਿਉਂਕਿ ਟਰੈਕਟਰ ਦਾ ਬਹੁਤ ਸੋਹਣਾ ਮੋਡੀਫਾਈ ਅੱਜ ਦੀ ਵੀਡੀਓ ਚ ਖਾਸ ਚੀਜ਼ਾਂ ਨੇ ਜਰੂਰ ਦੇਖਿਓ ਵੀਡੀਓ ਨੂੰ ਐਂਡ ਤੱਕ ਮਜ਼ਾ ਆਏਗਾ 6 ਸਬੂਫਰ ਨੇ ਜੋ ਪੇਟੀ ਦਾ ਡਿਜ਼ਾਈਨ ਕੀਤਾ ਗਿਆ ਜਿਹੜੇ ਹਿਸਾਬ ਨਾਲ ਫਿੱਟ ਕੀਤੇ ਗਏ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਗਿਲਕਾਰ ਕੜੀਓ ਤੋਂ ਸਾਰਾ ਦਾ ਸਾਰਾ ਕੰਮ ਹੋਇਆ ਭਾਈ ਤਸੱਲੀ ਪੂਰੀ ਗਿਲਕਾਰ ਕੜੀਓ ਤੋਂ ਪੂਰੀ ਭਾਈ ਯਾਰ ਤੇ ਕੈਂਡ ਕੰਮ ਹੈ ਇੱਕ ਵੀ ਵਾਇਰ ਤੁਹਾਨੂੰ ਇੱਧਰ ਉੱਧਰ ਨਜ਼ਰ ਨਹੀਂ ਆਊਗੀ ਪੂਰੀ ਡਿਟੇਲ ਦਿਖਾਣਾ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਜਲਦੀ ਕਰ ਲਓ ਰਿਕਵੈਸਟ ਹੈ ਕਿਉਂਕਿ ਤੁਹਾਡੇ ਕਰਕੇ ਸਾਰੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਾਰੀ ਡਿਟੇਲ ਇੱਥੇ ਦਿਖਾਵਾਂਗੇ ਤੇ ਸਾਡੀ ਇੰਸਟਾਗ੍ਰam ਆਈਡੀ ਤੇ ਰੀਲਸ ਆਣ ਗਿਆ ਇਹਦੀਆਂ ਪੰਜਾਬੀ ਗਾਣਾ ਆਏਗਾ ਇਹਦਾ ਤੇ ਇੰਸਟਾਗ੍ਰam ਆਈਡੀ ਨੂੰ ਵੀ ਫੋਲੋ ਕਰਨਾ ਨਾ ਭੁੱਲਣਾ modified_club2020 ਨੂੰ ਵੀ ਜ਼ਰੂਰ ਜਾ ਕੇ ਫੋਲੋ ਕਰਿਓ ਇੰਸਟਾਗ੍ਰam ਆਈਡੀ ਤੇ ਵੀ ਤੇ ਆਓ ਪਹਿਲਾਂ ਸਟਾਰਟ ਕਰਦੇ ਹਾਂ ਡਿਟੇਲ ਫਰੰਟ ਸਾਈਡ ਤੋਂ ਪਰ ਇਹ ਸਭ ਤੋਂ ਪਹਿਲੇ ਮੈਂ ਦੇਖ ਰਿਹਾ ਐਕਸਟੈਂਡਡ ਬੰਪਰ ਹਾਂਜੀ ਉਸ ਤੋਂ ਬਾਅਦ ਤੁਸੀਂ ਬਾਣੀ ਲਿਖਾਇਆ ਇੱਥੇ ਹਾਂਜੀ ਪਰ ਇਹ ਕਿਦਾ ਨਾਮ ਹੈ ਪਾਜੀ ਮੇਰੀ ਗੱਡੀ ਦਾ ਅੱਛਾ ਤੁਹਾਡੀ ਗੁੜੀਆ ਦਾ ਨਾਮ ਹੈ ਤੇ ਬਹੁਤ ਵਧੀਆ ਜੀ ਬਾਣੀ ਨਾਮ ਲਿਖਾਇਆ ਗਿਆ ਫਰੰਟ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਉਸ ਇਹ ਬਾਰਲਾਈਡ ਆ ਭਾਜੀ ਜਿਹੜੀ ਇਹ ਸਿੰਗਲ ਵਾਲੀ ਜਿਹੜੀ ਬਿਲਕੁਲ ਸਿੰਗਲ ਵਾਲੀ ਭਾਈ ਇਹ 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 ਨਹੀਂ ਕਿ ਵੱਡੀ ਵਾਲੀ ਜਿਹੜੀ ਹੈ ਨਾ ਨਹੀਂ ਨਹੀਂ ਵੱਡੀ ਵਾਲੀ ਥੱਲੇ ਆ ਵੱਡੀ ਵਾਲੀ ਨੀਚੇ ਲੱਗੀ ਆ ਤੁਸੀਂ ਦੇਖ ਸਕਦੇ ਹੋ ਫੁੱਲ ਸਾਈਜ਼ ਵਾਲੀ ਉਹਦੇ ਉੱਤੇ ਲੱਗੇ ਨੇ 4 ਮੈਗਾਸੋਨਿਕ ਦੇ ਰੂਟਸ ਦੇ ਹੋ ਰਹੇ ਪਰ ਇਹਦੀ ਲੈਂਥ ਕਰਾਂ ਲੈਂਥ ਦੀ ਗੱਲ ਕਰਾਂ ਤੇ ਕਿੰਨੀ ਲੈਂਥ ਹੋਏਗੀ ਭਾਜੀ ਦੀ ਜਿੱਦਾਂ ਇੱਥੇ ਜਾਲੀ ਤੋਂ ਲੈ ਕੇ ਇੱਥੇ ਤੱਕ 30 ਇੰਚ ਹੀ ਆ ਭਾਜੀ ਤੇ weight ਕਿੰਨਾ ਹੋਊਗਾ ਇਹਦਾ weight 85 ਕਿਲੋ 85 ਕਿਲੋ ਤੇ ਬਹੁਤ ਵਧੀਆ ਜੀ ਤੇ ਭਾਈ ਇਹ ਸਾਰਾ ਕੰਮ ਗਿਲਕਾਰ ਉਡੀਓ ਤੋਂ ਹਾਂਜੀ ਭਾਜੀ ਸਾਰਾ ਸਾਰਾ ਭਾਈ ਨੇ ਕਰਕੇ ਦਿੱਤਾ ਤੇ ਭਾਈ ਦਾ ਕੰਮ ਜਿਹੜਾ ਵਾ ਇੱਕ ਨੰਬਰ ਹੈ ਟੋਟਲ ਟਰੈਕਟਰ ਤੇ ਤੁਹਾਨੂੰ ਮੈਂ ਦੱਸ ਚੁੱਕਾ ਜੀ ਟਾਇਰ ਟੂਰ ਐਕਸਚੇਂਜ ਕਰਕੇ ਸਾਰਾ ਖਰਚਾ ਜਿਹੜਾ ਤਕਰੀਬਨ 2.5 ਲੱਖ ਰੁਪਏ ਭਾਈ ਦਾ ਲੱਗ ਚੁੱਕਾ ਤੇ ਇਸ ਤੋਂ ਬਾਅਦ ਅੱਗੇ ਚਲੀਏ ਭਾਜੀ ਥੋੜਾ ਜਿਆ ਤੇ ਅੱਗੇ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਜਿਹੜਾ ਟਾਇਰਸ ਦਾ ਵਾ ਟਾਇਰਸ ਦਾ ਜਿਹੜਾ ਵਾ ਕੀਤਾ ਗਿਆ ਲਾਇਨਸ ਕੰਪਨੀ ਦੇ ਟਾਇਰ ਯੂਜ਼ ਕੀਤੇ ਗਏ 1016 ਦੇ ਭਾਜੀ ਟਾਇਰ ਕਿੱਥੋਂ ਬਦਲਾਏ ਇਹ ਟਾਇਰ ਭਾਈ ਸ਼ਹਿਰ ਗਿਰਨ ਦੇੋਂ ਗਿਰ ਬੀਕੇਟੀ ਯਾ ਰਲਾਇੰਸ ਦੋਨੋਂ ਕੰਪਨੀਆਂ ਆ ਮੈਂ ਹਮੇਸ਼ਾ ਰਕਮੈਂਡ ਕਰਦਾ ਕਿ ਬਹੁਤ ਵਧੀਆ ਨੇ ਟੌਪ ਕਲਾਸ ਇਹੀ ਚੱਲ ਰਹੀਆਂ ਨੇ 8 ਪਲਾਈ ਦਾ ਟਾਇਰ ਹੈ ਤੇ ਟਾਇਰ ਜਿਹੜਾ ਅੱਜਕੱਲ ਟ੍ਰੈਂਡ ਹੈ ਮਤਲਬ 4 ਗੁੱਡੀਆਂ ਵਾਲਾ ਜੇ ਤੁਹਾਨੂੰ ਵੀ ਪਸੰਦ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓਗੇ ਬਹੁਤ ਅੱਛੀ ਕੰਪਨੀ ਦਾ ਟਾਇਰ ਹੈ ਤੇ ਇਸ ਤੋਂ ਬਾਅਦ ਬੈਕ ਸਾਈਡ ਦੇ ਟਾਇਰਾਂ ਦੀ ਗੱਲ ਕਰਾਂ ਤਾਂ ਗੁਡਇਰ ਦੇ ਟਾਇਰ ਆ ਇਹ ਵੀ ਰੇਡੀਅਲ ਟਾਇਰ ਯੂਜ਼ ਕੀਤੇ ਗਏ ਨੇ ਗੁਡਇਰ ਵੀ ਇੱਕ ਬ੍ਰਾਂਡ ਹੈ 14 9 R 28 ਦੇ ਰੇਡੀਅਲ ਟਾਇਰ ਆ 380 85 R 28 ਨੂੰ ਰੇਡੀਅਲ ਲੈਂਗੁਏਜ ਦੇ ਵਿੱਚ ਕਿਹਾ ਜਾਂਦਾ ਤੇ ਇਹ ਵੀ ਜਿਹੜੇ ਆ ਇਹ ਗਿਰਨ ਟਾਇਰ ਨਵਾਂ ਸ਼ਹਿਰ ਤੋਂ ਬੰਟੀ ਕੋਲੋਂ ਚੇਂਜ ਹੋਇਆ ਮੁੰਡਾ ਵਧੀਆ ਸੁਭਾਅ ਦਾ ਵਧੀਆ ਕੰਮ ਕਰਦਾ ਸਾਰਾ ਭਾਜੀ ਸਿਸਟਮ ਜਿਹੜਾ ਇਸ ਟਰੈਕਟਰ ਨੂੰ ਲੱਗਾ ਉਹ ਮੇਨ ਅੱਜ ਦੀ ਅਟਰੈਕਸ਼ਨ ਆ ਜਿਹੜਾ ਕਿ ਮੇਨ ਹੈਵੀ ਸਾਊਂਡ ਸਿਸਟਮ ਲੱਗਾ 6 ਸਬੂਫਰ ਲੱਗੇ ਆ ਸਾਰੇ ਸਾਰੇ ਦਿਖਾਉਂਗਾ ਲੇਕਿਨ ਉਸ ਤੋਂ ਪਹਿਲੇ ਆਪਾਂ ਡਾਊਨ ਸਿਲਿੰਗ ਵਾਲੇ ਪਾਸੇ ਚੱਲਦੇ ਆਂ ਫਰੰਟ ਸਾਈਡ ਤੋਂ ਤੁਹਾਨੂੰ ਮੈਂ ਦਿਖਾਉਣਾ ਚਾਹਨਾ ਫਾਈਬਰ ਹੁੱਡ ਤੇ ਉਹਦੇ ਉੱਤੇ ਲੱਗੀ LED ਸਕਰੀਨ LED ਸਕਰੀਨ ਦੇ ਉੱਤੇ ਮੈਂ ਤੁਹਾਨੂੰ ਥੋੜਾ ਜਿਹਾ ਇਸ ਸਾਈਡ ਤੇ ਕੰਮ ਦਿਖਾਉਣਾ ਚਾਹਨਾ ਆ ਜਿਹੜੀ ਸਕਰੀਨ ਲੱ ਬੈਕ ਕੈਮਰਾ ਵਰਕ ਕਰਦਾ ਹੈ ਔਰ ਐ ਸਕਰੀਨ ਤੋਂ ਤੁਸੀਂ ਬੈਕ ਸਾਈਡ ਤੇ ਦੇਖ ਸਕਦੇ ਹੋ ਹਨਾ ਭਾਜੀ ਹਾਂਜੀ ਹਾਂਜੀ ਇਹਦਾ ਮੇਨ ਵਰਕ ਬੈਕ ਕੈਮਰਾ ਕਰਕੇ ਆ ਕਿਉਂਕਿ ਇਨੀ ਹੈਵੀ ਪੇਟੀ ਲੱਗੀ ਆ ਤੇ ਬੈਕ ਸਾਈਡ ਤੇ ਕਿੱਦਾਂ ਦੇਖਣਾ ਉਹ ਸਾਈਡ ਵੀ ਆ ਫਿਰ ਟਰਾਲੀ ਨੂੰ ਪਿੱਛੇ ਕੈਮਰਾ ਆ ਟਰਾਲੀ ਨੂੰ ਵੀ ਪਿੱਛੇ ਕੈਮਰਾ ਬਹੁਤ ਵਧੀਆ ਜੀ ਤੇ ਉਸ ਤੋਂ ਬਾਅਦ ਡਾਊਨਸਿਲਿੰਗ ਤੁਸੀਂ ਦੇਖ ਸਕਦੇ ਹੋ نیچے ਦੇਖੋ ਜੀ ਡਾਊਨਸਿਲਿੰਗ ਜਿਹੜੀ ਆ ਉਹ ਦੋ ਕਲਰ ਦੇ ਵਿੱਚ ਤਿਆਰ ਕੀਤੀ ਗਈ ਹੈ ਵਾਈਟ ਔਰ ਬਲੈਕ ਉੱਤੇ ਜਿਹੜੀ ਪਾਈਪ ਲਾਈਟਿੰਗ ਦਿੱਤੀ ਗਈ ਹੈ ਉਹ ਬਲੂ ਕਲਰ ਦੀ ਲਾਈਟਿੰਗ ਵੀ ਜਿਹੜੀ ਦੋ ਕਲਰ ਦੀ ਇੱਕ ਡਾਰਕ ਬਲੂ ਇੱਕ ਲਾਈਟ ਬਲੂ ਤੇ ਕਿੱਦਾਂ ਦੀ ਲੱਗ ਰਹੀ ਹੈ ਡਾਊਨ ਸਿਲਿੰਗ ਕਮੈਂਟ ਕਰਕੇ ਜਰੂਰ ਦਸੀਓ ਬਹੁਤ ਹੀ ਸੋਨਾ ਤੇ ਅਮੇਜ਼ਿੰਗ ਵਰਕ ਕੀਤਾ ਗਿਆ ਸਾਡੇ ਗਿਲਕਾਰ ਆਡੀਓ ਵੱਲੋਂ ਤੇ ਗਿਲਕਾਰ ਆਡੀਓ ਲਈ ਇੱਕ ਲਾਈਕ ਇੱਕ ਸ਼ੇਅਰ ਤੇ ਇੱਕ ਕਮੈਂਟ ਜਰੂਰ ਬੰਦਾ ਔਰ ਆਈ ਲਵ ਫਾਰਮ ਟਰੈਕ ਜਰੂਰ ਲਿਖਿਓ ਜਿਹੜੇ ਜਿਹੜੇ ਫਾਰਮ ਟਰੈਕ ਨੂੰ ਪਿਆਰ ਕਰਦੇ ਆ ਕਿਉਂਕਿ ਫਾਰਮ ਟਰੈਕ ਵੀ ਇੱਕ ਇਦਾਂ ਦਾ ਟਰੈਕਟਰ ਹੈ ਜਿਹੜਾ ਮਤਲਬ ਮੈਂ ਕਹਾਂਗਾ ਕਿ ਫੋਰਡ ਦੀ ਯਾਦ ਕਰਾ ਦਿੰਦਾ ਹੈ ਨਾ ਭਾਈ ਭਾਈ ਸੱਚੀ ਆ ਤੇ ਬਿਲਕੁਲ ਜੀ ਫੋਰਡ ਦੀਆਂ ਯਾਦਾਂ ਹੁਣ ਤਾਜ਼ਾ ਕਰ ਦਿੱਤੀਆਂ ਜਾਂਦੀਆਂ ਇੱਕ ਨਿਊ ਹੋਲੈਂਡ ਤੋਂ ਨਿਊ ਹੋਲੈਂਡ ਭਾਈ ਜਾਨੀ ਕਿ ਟਰੈਕਟਰ ਹੈ ਟੌਪ ਉਹ ਵੀ ਸਾਡੇ ਨਾਲ ਸ਼ੁਰੂ ਤੋਂ ਫਾਰਮ ਨਾਲ ਹੀ ਹੈ ਫਾਰਮ ਨਾਲ ਪਿਆਰ ਜਿਹੜਾ ਹੈ ਨਾ ਇੱਕ ਅਲੱਗ ਹੀ ਪਿਆਰ ਇੱਕ ਅਲੱਗ ਹੀ ਰਿਲੇਸ਼ਨ ਹੈ ਫਾਰਮ ਟਰੈਕ ਜਿਹਨੇ ਰੱਖਿਆ ਉਹਨਾਂ ਦਾ ਤੇ ਫਾਰਮ ਟਰੈਕ ਲਈ ਇੱਕ ਕਮੈਂਟ ਜ਼ਰੂਰ ਕਰਿਓ ਕਿ ਆਈ ਲਵ ਫਾਰਮ ਟਰੈਕ ਉਸ ਤੋਂ ਬਾਅਦ ਮੈਂ ਗੱਲ ਕਰਦਾ ਮਿਊਜ਼ਿਕ ਸਿਸਟਮ ਦੀ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਸ ਸਾਈਡ ਦਿਖਾਣਾ ਚਾਹੁੰਗਾ ਐਮਟੀਐਕਸ ਦੇ ਰਾਊਂਡ ਸਪੀਕਰ ਲੱਗੇ ਆ ਇੱਕ ਤੇ ਇੱਕ ਦੋ ਦੋ ਰਾਊਂਡ ਸਪੀਕਰ ਹੈ ਹੋ ਗਏ ਉਸ ਤੋਂ ਬਾਅਦ ਲੱਗੇ ਆ ਚਾਰ ਓਵਲ ਦੋ ਲੱਗੇ ਆ ਟੀਐਸ 20 ਪਾਇਨੀਅਰ ਦੇ ਟੀਐਸ 20 ਦੋ ਲੱਗੇ ਆ ਉਸ ਤੋਂ ਬਾਰੇ ਦੇ ਵਿੱਚ ਲੱਗੇ ਨੇ 4 ਸਬੂਫਰ 12 11 D4 ਚੈਂਪੀਅਨ ਸੀਰੀਜ਼ ਪਾਇਨੀਅਰ ਦੇ ਪਾਇਨੀਅਰ ਚੈਂਪੀਅਨ ਸੀਰੀਜ਼ ਦੇ ਜਿਹੜੇ ਸਬੂਫਰ ਹਨਾ ਇਹ ਅੱਜ ਦੀ ਡੇਟ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਜਿਹੜੀ ਰੇਂਜ ਦੇ ਅਕੋਰਡਿੰਗ ਸਭ ਤੋਂ ਵਧੀਆ ਵੱਜਦੇ ਆ 1212 D4 ਬਰਾਬਰ ਬਰਾ D4 ਤੋਂ ਵੀ ਜ਼ਿਆਦਾ ਅੱਛੇ ਐ ਮੈਂ ਕਾਫੀ ਵਾਰ ਆਪਣੀਆਂ ਵੀਡੀਓ ਚ ਦੱਸ ਚੁੱਕਾ ਵਾਂ ਬਟ ਰਿਐਲਿਟੀ ਦੇ ਵਿੱਚ ਮੇਰਾ ਫੇਵਰੇਟ ਹੈ ਇਸ ਰੇਂਜ ਚ ਮੈਂ ਕੰਮ ਕਰਾਣਾ ਹੋਵੇ ਤੇ 1212 D4 ਤੇ ਇਸ ਤੋਂ ਉੱਤੇ ਜੇ ਫਿਰ ਰੋਕ ਫੋੜ ਜਾਂ ਬਹੁਤ ਸਾਰੇ ਬਹੁਤ ਚੀਜ਼ਾਂ ਚਲੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਜਿਹੜਾ ਫਰੰਟ ਤੇ ਫਰੇਮ ਦਾ ਤੁਸੀਂ ਦੇਖ ਸਕਦੇ ਹੋ ਪੂਰਾ ਦਾ ਪੂਰਾ ਡਿਜ਼ਾਈਨਿੰਗ ਕੀਤੀ ਗਈ ਹੈ ਬਹੁਤ ਸੋਹਣੀ ਵਾਲੀ ਫਰੇਮ ਦਾ ਜਿਹੜਾ ਵਰਕ ਹੈ ਬਹੁਤ ਸੋਹਣਾ ਤੇ ਬਹੁਤ ਪਿਆਰਾ ਕੀਤਾ ਗਿਆ ਸੈਂਟਰ ਚ ਭਾਜੀ ਕੋੜਾ ਵੀ ਖੜਾ ਕਰਤਾ ਹਾਂਜੀ ਭਾਈ ਸੈਂਟਰ ਇਹ ਸਾਰਾ ਭਾਜੀ ਨੇ ਆਪੇ ਹੀ ਗਿਲ-ਗਿਲ ਕਰਾ ਰੋਡੀਆਂ ਨੇ ਗਿੱਲੇ ਨਹੀਂ ਭਾਈ ਸ ਇਹ ਜਿਹੜੀ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਕੋਈ ਵੀ ਵਾਇਰਿੰਗ ਹੈ ਜਿਹੜੀ ਵੀ ਤੁਹਾਨੂੰ ਇੱਥੋਂ ਆウター ਤੋਂ ਕੁਝ ਵੀ ਨਜ਼ਰ ਨਹੀਂ ਆ ਰਿਹਾ ਸਾਰਾ ਮਤਲਬ ਐਨ ਸੀਲਡ ਕਮ ਹੈ ਇਹ ਸਭ ਤੋਂ ਵਧੀਆ ਗੱਲ ਨਜ਼ਰਾਂ ਦੀ ਇੱਦਾਂ ਇੱਕਦਮ ਬਿਲਕੁਲ ਭਾਈ ਔਰ ਸਾਈਡ ਤੋਂ ਵੀ ਜੇ ਮੈਂ ਨਿਕਲਦੇ ਹੋਏ ਜੇ ਪੀਟੀ ਨੂੰ ਨਾ ਸਿੰਪਲ ਵੀ ਛੱਡਿਆ ਜਾ ਸਕਦਾ ਸੀ ਬਟ ਇਹਦੇ ਤੇ ਵੀ ਭਾਈ ਨੇ ਡਿਜ਼ਾਈਨਿੰਗ ਦੇ ਦਿੱਤੀ ਕਿ ਜਿਹੜੀ ਸਾਈਡ ਤੋਂ ਨਿਕਲਦੇ ਹੋਏ ਵੀ ਟਰੈਕਟਰ ਜਿਹੜਾ ਵਾ ਸੋਹਣਾ ਲੱਗਿਆ ਭਾਈ ਵਾਕਈ ਲੋਕੀ ਖੜਕੇ ਦੇਖਦੇ ਹੋਣੇ ਜਦੋਂ ਟਰੈਕਟਰ ਨਿਕਲਦਾ ਹੋਣਾ ਭਾਈ ਬਕੇ ਵੀਡੀਓ ਬਣਦੀ ਐ ਉੱਪਰ ਚੜ ਚੜ ਕੇ ਬਣਾਉਂਦੇ ਜਿੱਥੇ ਵੀ ਜਾਈਦਾ ਰੋਕ ਕੇ ਪਹਿਲਾਂ ਵੀਡੀਓ ਬਣਾਵਾ ਦੇ ਬਿਲਕੁਲ ਭਾਈ ਟਰੈਕਟਰ ਵੀ ਬਹੁਤ ਸੋਹਣਾ ਤਿਆਰ ਕੀਤਾ ਭਰਾ ਨੇ ਤੇ ਇਸ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਸਾਈਡ ਤੋਂ ਪੇਟੀ ਦਾ ਡਿਜ਼ਾਈਨ ਪੂਰਾ ਜਹਾਜ਼ ਖੜਾ ਕਰਤਾ ਐ ਜੇਕਰੋ ਇੱਥੇ ਵੀ ਜਿਹੜਾ ਪਾਰਟ ਆ ਉੱਥੇ ਵੀ ਇੱਕ ਛੋਟਾ ਜਿਹਾ ਡਿਜ਼ਾਈਨਿੰਗ ਦੇ ਕੇ ਇਹਨੂੰ ਵੀ ਤਿਆਰ ਕਰਕੇ ਬਹੁਤ ਸੋਹਣਾ ਮਤਲਬ ਇਹੀ ਇੱਕ ਅੱਛਾ ਕੰਮ ਹੁੰਦਾ ਕਿ ਜਿੱਦਾਂ ਕਿ ਤਿਆਰ ਕਰਨ ਦਾ ਛੋਟਾ ਛੋਟਾ ਕੰਮ ਜਿਹੜਾ ਨਾ ਉਹ ਟਰੈਕਟਰ ਨੂੰ ਚਾਰ ਚੱਲ ਲਾ ਦਿੰਦਾ ਤੇ ਇਹ ਚੈੱਕ ਕਰ ਸਕਦੇ ਹੋ ਜੀ ਤੁਸੀਂ ਫੱਟੀ ਲਗਾ ਕੇ ਮਤਲਬ ਟਰੈਕਟਰ ਨੂੰ ਸਾਈਡ ਤੋਂ ਵੀ ਪੂਰੀ ਦੀ ਪੂਰੀ ਕੈਂਟ ਲੁੱਕ ਦੇ ਜੇ ਪੈਸੇ ਲੈਂਦਾ ਬੰਦਾ ਤੇ ਕੰਮ ਵੀ ਪੂਰਾ ਕਰਕੇ ਦਿੰਦਾ ਹਨਾ ਪੈਸੇ ਪਰ ਦਿਲ ਦਾ ਵੀ ਰਾਜਾ ਬੰਦਾ ਭਾਜੀ ਦਿਲ ਦਾ ਵੀ ਰਾਜਾ ਬੰਦਾ ਬਿਲਕੁਲ ਭਾਜੀ ਉਸ ਤੋਂ ਬਾਅਦ ਇਹ ਲੱਗੀ ਹੈ ਜੀ LED ਸਕਰੀਨ LED ਸਕਰੀਨ ਲੱਗੀ ਹੈ ਉਸ ਤੋਂ ਬਾਅਦ ਚਾਰ ਲੱਗੇ ਨੇ ਰਾਊਂਡ ਸਪੀਕਰ ਕੈਨਵੁੱਡ ਦੇ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਦੇਖੋ ਜੀ ਸ਼ੇਰਖਾਨ ਲੱਗਾ ਜੀ ਗਿਲਕਾਰ ਆਡੀਓ ਦੀ ਵੇਚਿੰਗ ਦਿੱਤੀ ਹੈ ਜੀ ਵਾਰੀਅਰ ਦਾ ਸਾਈਨ ਪਿਆ ਹੈ ਜੀ ਪਾਈਪ ਲਾਈਟਿੰਗ ਲੱਗੀ ਹੈ ਔਰ ਬੈਕ ਸਾਈਡ ਤੇ ਪੇਟੀ ਦਾ ਡਿਜ਼ਾਈਨ ਕਮੈਂਟ ਕਰਕੇ ਜਰੂਰ ਦਸੀਓ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਇਹ ਗਿਲਕਾਰ ਰੂਡੀਓ ਦਾ ਕੰਮ ਹੈ ਜੀ ਕੰਮ ਇੱਕ ਨੰਬਰ ਤੇ ਇਹ ਹੈ ਜੀ ਪੇਟੀ ਦਾ ਡਿਜ਼ਾਈਨ ਨੀਚੇ ਵਾਲਾ ਜਿਹਦੇ ਤੇ ਦੋ ਸਬੂਫਰ ਨੀਚੇ ਵੀ ਲੱਗੇ ਆ ਇਹ ਚੈੱਕ ਕਰੋ ਜੀ ਇਹ ਲੱਗੇ ਆ ਜੀ ਦੋ ਸਬੂਫਰ ਨੀਚੇ ਚਾਰ ਫਰੰਟ ਸਾਈਡ ਤੇ ਦਿਖਾਈ ਸੀ ਦੋ ਬੈਕ ਸਾਈਡ ਤੇ 6 ਸਬੂਫਰ ਹੋ ਗਏ ਜੀ ਤੇ ਰਾਉਂਡ ਸਪੀਕਰ ਵੀ ਲੱਗੇ ਆ ਸਾਰੇ ਦਿਖਾਤੇ ਤੁਹਾਨੂੰ ਜ਼ਬਰਦਸਤ ਕੰਮ ਹੈ 4 ਓਵਰ ਲੱਗੇ ਆ 6 ਰਾਉਂਡ ਸਪੀਕਰ ਹੋ ਗਏ ਮਤਲਬ ਜ਼ਬਰਦਸਤ ਵੱਜਣ ਵਾਲਾ ਪਰ ਇਹ ਅਲਟਰਨੇਟਰ ਵੀ ਚੇਂਜ ਕੀਤਾ ਹਾਂਜੀ ਭਾਈ ਅਲਟਰਨੇਟਰ 120 ਐਂਪੀਅਰ ਦਾ 120 ਇਹ ਸਾਰਾ ਕੰਮ ਭਾਜੀ ਵੱਲੋਂ ਹੀ ਸਾਰਾ ਉਹ ਦੇ ਏ ਟੂ ਜ਼ੈਡ ਹੈ ਨਾ ਹਾਂਜੀ ਤੇ ਬਹੁਤ ਸੋਹਣਾ ਕੰਮ ਭਾਜੀ ਨੇ ਇਸ ਸਾਈਡ ਤੇ ਵੀ ਸੇਮ ਡਿਜ਼ਾਈਨ ਜਿੱਦਾਂ ਤੁਹਾਨੂੰ ਮੋਦਰ ਦਿਖਾਈ ਸੇਮ ਦੀ ਸੇਮ ਡਿਜ਼ਾਈਨਿੰਗ ਇਧਰ ਵੀ ਕੀਤੀ ਗਈ ਹੈ ਉਸ ਤੋਂ ਬਾਅਦ ਉੱਪਰ ਤੁਸੀਂ ਦੇਖ ਸਕਦੇ ਹੋ ਭਾਜੀ ਇਹ ਇੰਡੀਕੇਟਰ ਦੇ ਨਾਲ ਮੈਟ੍ਰਿਕਸ ਵੈਨ ਹੁੰਦੇ ਆ ਹਾਂਜੀ ਭਾਜੀ ਇਹ ਜਿੱਦਾਂ ਇੰਡੀਕੇਟਰ ਲਾਣਾ ਫਿਰ ਉਸ ਹਿਸਾਬ ਨਾਲ ਇਸ਼ਾਰੇ ਦਿੰਦਾ ਇਹ ਦੇਖੋ ਜੀ ਦੋਨੋਂ ਸਾਈਡਾਂ ਤੇ ਇਹ ਵੀ ਇੱਕ ਯੂਨੀਕ ਵਰਕ ਹੈ ਬਹੁਤ ਸੋਹਣਾ ਕੰਮ ਹੈ ਇਹਦੀ ਚੀਜ਼ ਦਾ ਵੀ ਧਿਆਨ ਰੱਖਿਆ ਗਿਆ ਬਹੁਤ ਸੋਹਣੇ ਵਾਲਾ ਤੇ ਅਮੇਜ਼ਿੰਗ ਵਰਕ ਹੈ ਸਾਰਾ ਦਾ ਸਾਰਾ ਕੰਮ ਜਿਹੜਾ ਵਾ ਸਾਰ ਤੇ ਕੋਈ ਵੀ ਚੀਜ਼ ਭਾਜੀ ਹੋਰ ਆਪਾਂ ਕੋਈ ਮਿਸ ਤਾਂ ਨਹੀਂ ਕਰ ਗਏ ਕੰਮ ਕਿਦਾਂ ਦਾ ਲੱਗਾ ਦੱਸੋ ਗਿਲਕਾਰ ਵੀਡੀਓ ਦਾ ਇੱਕ ਨੰਬਰ ਸਾਨੂੰ ਮੈਂ ਤਾਂ ਉਹਨੂੰ ਘੱਟੋ ਘੱਟ 6 ਸਾਲ ਹੋ ਗਏ ਉਹਦੇ ਕੋਲ ਜਾਂਦੇ ਨੂੰ ਅੱਛਾ ਜੀ ਮੈਂ ਤਾਂ ਯਾਨੀ ਕਿ ਹਰੇਕ ਸਾਲ ਚੇਂਜ ਕਰੀ ਦਿੰਦਾ ਤਾਂ ਤੇ ਬਹੁਤ ਵਧੀਆ ਜੀ ਤੇ ਤੁਹਾਨੂੰ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਫਾਰਮ ਟਰੈਕ 60 ਪੂਰਾ ਦਾ ਪੂਰਾ ਮੋਡੀਫਾਈ ਹੈ ਭਾਜੀ ਕਿਹੜਾ ਮਾਡਲ ਦਾ ਟਰੈਕਟਰ ਇਹ ਭਾਈ 18 ਮਾਡਲ ਆ ਪਰ ਇਹ ਇੱਕ ਵਾਰੀ ਸਟਾਰਟ ਕਰਕੇ ਵਾਇਸ ਸੁਣਾ ਦੀਏ ਆਪਾਂ ਟਰੈਕਟਰ ਦੀ ਹਾਂ ਜੀ ਭਾਈ ਜਰੂਰ ਤੇ ਆਪਾਂ ਟਰੈਕਟਰ ਨੂੰ ਸਟਾਰਟ ਵੀ ਕਰਦੇ ਆਂ ਦੀ ਆਵਾਜ਼ ਵੀ ਸੁੰਦੇ ਆ ਬੜਕਾ ਸੁਣ ਚੁੱਕੇ ਹੋ ਟਰੈਕਟਰ ਦੀਆਂ ਪੂਰਾ ਦਾ ਪੂਰਾ ਮੋਡੀਫਾਈ ਹੈ ਪੂਰਾ ਦਾ ਪੂਰਾ ਤੁਹਾਨੂੰ ਤਿਆਰ ਕੀਤਾ ਦੱਸ ਦਿੱਤਾ ਗਿਆ ਟਰੈਕਟਰ ਦੀ ਆਵਾਜ਼ ਤੁਹਾਨੂੰ ਸੁਣਾ ਦਿੱਤੀ ਗਈ ਤੇ ਇਸ ਤੋਂ ਇਲਾਵਾ ਵੀ ਭਾਈ ਟਰਬੋ ਵੀ ਲੱਗੀ ਹੈ ਟਰੈਕਟਰ ਨੂੰ ਭਾਈ ਟਰੈਕਟਰ ਨੂੰ ਟਰਬੋ ਵੀ ਲੱਗੀ ਹੈ ਤੇ ਉਹਦੇ ਨਾਲ ਭਾਈ ਕਿੰਨਾ ਫਰਕ ਪੈ ਜਾਂਦਾ ਭਾਜੀ ਉਹਦੇ ਨਾਲ ਤਾਂ ਯਾਨੀ ਕਿ ਇਹ 64 ਹਾਰਸ ਪਾਵਰ ਬਣ ਗਿਆ ਉਦਾਂ ਕਿੰਨਾ ਉਦਾਂ ਹੈ 52 ਜੀ 52 ਤੋਂ 64 ਹੋ ਗਿਆ ਤੇ ਪਾਵਰ ਵਧ ਗਈ ਪੂਰੀ ਪਾਵਰ ਵਧ ਗਈ ਕਿਆ ਬਾਤ ਹੈ ਜੀ ਤੇ ਟਰੈਕਟਰ ਦਾ ਕਿਹੜਾ ਪਾਰ ਤੁਹਾਨੂੰ ਸਭ ਤੋਂ ਵਧੀਆ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਕਮੈਂਟ ਦੀ ਵੇਟ ਰਹੂਗੀ ਇੱਕ ਇੱਕ ਚੀਜ਼ ਜਿਹੜੀ ਆ ओरिजिनल ਤਿਆਰ ਕੀਤੀ ਗਈ ਹੈ ਫਾਈਬਰ ਹੁੱਡ ਦੇ ਉੱਪਰ ਹਮਰ ਲਾਈਟਸ ਲਗੀਆਂ ਨੇ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੁਣ ਜਾਂਦੇ ਜਾਂਦੇ ਤੁਸੀਂ ਐਨਸੀਐਸ ਦਾ 뮤직 ਇੰਜੋਏ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਪੰਜਾਬੀ ਗਾਣਾ ਸੁੰਨਾ ਸਾਡੀ ਇੰਸਟਾਗ੍ਰam ਆਈਡੀ ਤੇ ਨਾ ਭੁੱਲਣਾ modified_club2020 ਤੇ ਪੰਜਾਬੀ ਗਾਣਾ ਵੀ ਜਰੂਰ ਸੁਣੀਓ ਅਲਟੀਨੇਟਰ ਜਿਹੜਾ ਉਹ ਵੀ ਤੁਹਾਨੂੰ ਮੈਂ ਦੱਸ ਦਿੱਤਾ ਚੇਂਜ ਕਰਾਇਆ ਸਾਰਾ ਖਰਚਾ ਵੀ ਟਰੈਕਟਰ ਦਾ ਦੱਸ ਦਿੱਤਾ ਆਵਾਜ਼ ਵੀ ਆਪਾਂ ਸੁਣਾ ਦਿੱਤੀ ਤੇ ਤੁਸੀਂ ਸਿਨੇਮੈਟਿਕ ਸ਼ਾਟਸ ਵੀ ਇਹਦੇ ਦੇਖ ਚੁੱਕੇ ਹੋ ਹੁਣ ਤੁਹਾਡਾ ਕੰਮ ਹੈ ਇੱਕ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿੱਦਾਂ ਦਾ ਲੱਗਾ ਮਿਲਦੇ ਆ ਕੱਲ ਨਵੀਂ ਵੀਡੀਓ ਦੇ ਨਾਲ ਪਿਆਰ ਤੁਸੀਂ ਇੱਦਾਂ ਹੀ ਦਿੰਦੇ ਰਹਿਣਾ ਗਿਲਕਾਰ ਆਡੀਓ ਨੂੰ ਵੀ ਤੇ modified club ਨੂੰ ਵੀ ਇ ਤੇ ਥੈਂਕਸ ਫॉर ਵਾਚਿੰਗ ਦੋਸਤੋ ਇਦਾਂ ਹੀ ਪਿਆਰ ਦਿੰਦੇ ਰਹਿਣਾ 45 ਡੇਸ ਚੈਲੰਜ ਚੱਲ ਰਿਹਾ ਲਗਾਤਾਰ ਇਦਾਂ ਹੀ 45 ਦਿਨ ਵੀਡੀਓਜ਼ ਕੰਟੀਨਿਊ ਬੈਕ ਟੂ ਬੈਕ ਆਉਂਦੀਆਂ ਰਹਿਣਗੀਆਂ ਤੁਸੀਂ ਬਸ ਪਿਆਰ ਦਿੰਦੇ ਰਹੀਓ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ ਲਵ ਯੂ ਟੇਕ ਕੇਅਰ ਗੁੱਡ ਬਾਏ